ਅੱਜ ਆਪਾਂ ਗੱਲ ਕਰਾਂਗੇ ਉਸ ਮਹਾਨ ਸਿੱਖ ਜਰਨੈਲ ਦੀ ਜਿਹੜਾ ਦੁਨੀਆ ਦੇ ਵਿੱਚੋਂ ਜਰਨੈਲਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਸ ਦਾ ਨਾਮ ਆਉਂਦਾ ਦੁਨੀਆ ਵਰਲਡ ਦੀ ਦੁਨੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਇਸ ਜਰਨੈਲ ਦਾ ਨਾਮ ਆਇਆ ਚੰਗੇਜ਼ ਖਾਨ ਵਰਗੇ ਸਿਕੰਦਰ ਵਰਗੇ ਵੱਡੇ ਵੱਡੇ ਜਰਨੈਲਾਂ ਨੂੰ ਪਿੱਛੇ ਛੱਡ ਕੇ ਇਹਨਾਂ ਦਾ ਪਹਿਲਾ ਸਥਾਨ ਦੁਨੀਆ ਦੇ ਵਿੱਚ ਕੀ ਇੱਕ ਬਹਾਦਰ ਸੂਰਮਤਲ ਜਰਨੈਲ ਜਿਸ ਦੇ ਡਰ ਤੋਂ ਲੋਕ ਥਰ-ਥਰ ਕੰਬਦੇ ਸਨ ਜੇ ਜੋ ਤਾਨਾਸ਼ਾਹੀ ਦੇ ਪੂਰਾ ਖਿਲਾਫ ਸੀ ਲੋਕਾਂ ਦੀ ਡਟ ਕੇ ਮਦਦ ਕਰਦਾ ਸੀ ਅੱਜ ਗੱਲ ਕਰਾਂਗੇ ਜਿਸ ਨੇ ਆਪਣੇ ਹੱਥਾਂ ਦੇ ਨਾਲ ਸ਼ੇਰ ਦਾ ਜਵਾੜਾ ਪਾੜ ਕੇ ਰੱਖ ਦਿੱਤਾ ਹਾਂਜੀ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਤੇ ਉਹਨਾਂ ਦੇ ਉਹ ਕਿਸੇ ਦਾ ਜਿਨ੍ਹਾਂ ਦਾ ਬਹੁਤ ਘੱਟ ਪਤਾ ਲੋਕਾਂ ਨੂੰ ਕਿ ਕਿੰਨੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਸ਼ੇਰ ਦਾ ਜਵਾੜਾ ਪਾੜ ਕੇ ਰੱਖ ਦਿੱਤਾ ਇਹ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਇਹ ਆਪਣੇ ਹੱਥਾਂ ਦੇ ਨਾਲ ਤੇ ਅੱਜ ਗੱਲ ਕਰਦੇ ਆਂ ਇਹਨਾਂ ਦੇ ਜਨਮ 29 ਅਪ੍ਰੈਲ 1791 ਈਸਵੀ ਵਿੱਚ ਹੁੰਦਾ ਗੁਜਰਾਵਾਲ ਦੇ ਵਿੱਚ ਤੇ ਇਹਨਾਂ ਦਾ ਜਨਮ ਸਰਦਾਰ ਗੁਰਦੇਵਾਲ ਸਿੰਘ ਦੇ ਘਰ ਹੁੰਦਾ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਗੁਰਦੇਵਾਲ ਸਿੰਘ ਗੁਰਦਾਰ ਸਰਦਾਰ ਗੁਰਦੇਵਾਲ ਸਿੰਘ ਇਹਨਾਂ ਦੇ ਪਿਤਾ ਜੀ ਵੀ ਇੱਕ ਮਹਾਨ ਯੋद्धा ਸੀ ਉਹ ਇਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਨਾਲ ਜੰਗਾਂ ਜੁੱਦਾਂ ਦੇ ਵਿੱਚ ਹਿੱਸਾ ਲਿਆ ਕਰਦੇ ਸਨ ਉਸ ਤੋਂ ਬਾਅਦ ਇਹਨਾਂ ਦੇ ਜੋ ਦਾਦਾ ਜੀ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਬਹੁਤ ਮਹਾਨ ਯੋਧੇ ਹੋਏ ਆ ਵੀ ਬਹੁਤ ਤਗੜੇ ਤੇ ਦਲੇਰ ਹੱਤ ਦੇ ਦਲੇਰ ਯੋਧੇ ਹੋਏ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਨਾਲ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਨਾਲ ਜੰਗ ਕਰਦੇ ਸ਼ਹੀਦ ਹੋਏ ਆ ਉਹਨਾਂ ਨੂੰ ਭਿਉਂਦੇ ਪੰਜਾਬ ਦੇ ਵਿੱਚੋਂ ਸ਼ਹੀਦ ਹੋਏ ਆ ਤੇ ਹਰੀ ਸਿੰਘ ਨਲੂਆ ਜੀ ਦੀ ਇੱਕ ਬਹਾਦਰ ਫੈਮਿਲੀ ਤੁਸੀਂ ਤੇ ਜਦੋਂ ਇਹ 7 ਸਾਲ ਦੇ ਸਨ ਤੇ ਇਹਨਾਂ ਦੇ ਪਿਤਾ ਜੀ ਇੱਕ ਭਿਆਨਕ ਬਿਮਾਰੀ ਦੇ ਨਾਲ ਅਕਾਲ ਚਲਾਣਾ ਕਰ ਜਾਂਦੇ ਆ ਉਹਨਾਂ ਦੀ ਦਿਹਾਂਤ ਹੋ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਜੋ ਮਾਤਾ ਜੀ ਮਾਦਾ ਧਰਮੀ ਜੀ ਇਹਨਾਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਆ ਜਾਂਦੇ ਆ ਉੱਥੇ ਇਹਨਾਂ ਨੂੰ ਮੋਢਲੀ ਸਿੱਖਿਆ ਪ੍ਰਾਪਤ ਕਰਵਾਉਂਦੇ ਆ ਤੇ ਉਤੋਂ ਇਹ ਘੋੜਵਾਜੀ ਤਿਰਵਾਜੀ ਤਲਵਾਰਵਾਜੀ ਦੇ ਹੋਰ ਵੀ ਪ੍ਰਕਿਰਿਆ ਬਹੁਤ ਕੋਸ਼ਿਸ਼ ਇਹਨਾਂ ਨੂੰ ਮਾਤਾ ਜੀ ਇਹਨਾਂ ਦੇ ਸਿਖਾਉਂਦੇ ਆ ਕਿਉਂਕਿ ਇਹ ਇੱਕ ਪਹਿਲਾਂ ਹੀ ਇੱਕ ਯੋਧੇ ਦੇ ਪਰਿਵਾਰ ਵਿੱਚੋਂ ਹੀ ਤੇ ਇੱਕ ਦਿਨ ਜਦੋਂ ਉਸ ਟਾਈਮ ਪੰਜਾਬ ਦੇ ਵਿੱਚ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਬਸੰਤ ਪੰਜਵੀਂ ਤੇ ਇੱਕ ਦਰਬਾਰ ਕਰਵਾਇਆ ਕਰਦੇ ਸਨ ਤੇ ਮਾ ਇਹ ਹਰੀ ਸਿੰਘ ਨਲਵਾ ਜੀ ਉਸ ਦਰਬਾਰ ਦੇ ਵਿੱਚ ਹਿੱਸਾ ਲੈਣਗੇ ਜਦੋਂ ਹਿੱਸਾ ਲੈਣਗੇ ਇਹਨਾਂ ਨੇ ਐਸੀ ਕਲਾ ਦਿਖਾਈ ਉਸੇ ਐਸੇ ਯਲੋ ਜਾਹੋ ਜੁਲਾਲ ਦੇ ਨਾਲ ਜੋਰ ਦਿਖਾਏ ਕਰਤੱਬ ਦਿਖਾਈ ਤਲਵਾਰਵਾਜੀ ਦਿਖਾਈ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੰਨੇ ਪ੍ਰਸੰਨ ਹੋਏ ਤੇ ਉਹਨਾਂ ਨੇ ਆਣ ਕੇ ਲਾ ਕੇ ਆਪਣੇ ਗਲੇ ਦਾ ਕੈਂਠਾ ਹਰੀ ਸਿੰਘ ਨਲੂਆ ਜੀ ਦੇ ਗਲੇ ਵਿੱਚ ਪਾ ਦਿੱਤਾ ਇੰਨੇ ਪ੍ਰਸੰਨ ਹੋਏ ਤੇ ਉਹਨਾਂ ਨੇ ਫਿਰ ਪੁੱਛਿਆ ਕਿ ਜਵਾਨ ਤੂੰ ਸਾਡੇ ਸਿੱਖ ਫੌਜ ਦੇ ਵਿੱਚ ਭਰਤੀ ਹੋਵੇਂਗਾ ਤੇ ਇਹਨਾਂ ਨੇ ਕਿਹਾ ਹਾਂ ਮੈਂ ਹੋਵਾਂਗਾ ਤੇ ਫਿਰ ਇਹਨਾਂ ਇਹਨਾਂ ਦੇ ਬਾਰੇ ਪਤਾ ਲੱਗਾ ਇਹਨਾਂ ਦੇ ਪਿਤਾ ਜੀ ਬਾਰੇ ਪਤਾ ਲੱਗਾ ਇਹਨਾਂ ਦੇ ਦਾਦਾ ਜੀ ਬਾਰੇ ਪਤਾ ਲੱਗਾ ਤੇ ਹਰੀ ਸਿੰਘ ਨਲੂਆ ਜੀ ਤੇ ਬਹੁਤ ਵਿਸ਼ਵਾਸ ਵਧ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਇਸ ਵਿਸ਼ਵਾਸ ਪਾਤਰ ਹੋਣ ਕਰਕੇ ਉਹਨਾਂ ਹਰੀ ਸਿੰਘ ਨਲੂਆ ਜੀ ਪਹਿਲੇ ਸਨ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਬੋਡੀਗਾਰਡ ਨਿਯੁਕਤ ਕੀਤਾ ਸੀ ਤੇ ਉਦੋਂ ਇਹਨਾਂ ਦੀ ਉਮਰ ਸੀ ਸਿਰਫ 16-17 ਸਾਲ ਤੇ ਉਸ ਤੋਂ ਬਾਅਦ ਇੱਕ ਦਿਨ ਅਚਾਨਕ ਹੁਣ ਆਉਂਦਾ ਉਹ ਕਿੱਸਾ ਜਦੋਂ ਇਹ ਸ਼ੇਰ ਦਾ ਸ਼ਿਕਾਰ ਕਰਦੇ ਆ ਆਪਣੇ ਹੱਥਾਂ ਦੇ ਨਾਲ ਉਸ ਦਾ ਜਬਾੜਾ ਪਾੜ ਕੇ ਰੱਖ ਦਿੰਦੇ ਆ ਤੇ ਇੱਕ ਦਿਨ ਇਹ ਹਰੀ ਸਿੰਘ ਨਲੂਆ ਜੀ ਮਹਾਰਾਜ ਰਣਜੀਤ ਸਿੰਘ ਜੀ ਨੇ ਸ਼ਿਕਾਰ ਖੇਡਣ ਜਾਂਦੇ ਆ ਸ਼ਿਕਾਰ ਖੇਡਦੇ ਆ ਇੱਕ ਆਦਮ ਖੋਰ ਇੱਕ ਭਿਆਨਕ ਸ਼ੇਰ ਆ ਜਾਂਦਾ ਖੂਨ ਖਾਰ ਸ਼ੇਰ ਤੇ ਜਦੋਂ ਮਹਾਰਾਜ ਰਣਜੀਤ ਸਿੰਘ ਜੀ ਘੋੜੇ ਤੋਂ ਉਤਰਦੇ ਆ ਤੇ ਸ਼ੇਰ ਦੇ ਨਾਲ ਦੋ ਹੱਥ ਕਰਨ ਲੱਗਦੇ ਆ ਸ਼ਿਕਾਰ ਕਰਨ ਲੱਗਦੇ ਆ ਤੇ ਹਰੀ ਸਿੰਘ ਨਲੂਆ ਜੀ ਉਹਨਾਂ ਨੂੰ ਰੋਕ ਦਿੰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਹਾਡਾ ਬੋਡੀਗਾਰਡ ਮੈਂ ਆ ਪਹਿਲਾ ਮੇਰਾ ਫਰਜ ਬਣਦਾ ਇਸ ਸ਼ੇਰ ਨਾਲ ਦੋ ਦੋ ਹੱਥ ਕਰਨ ਦਾ ਇਸ ਦਾ ਸ਼ਿਕਾਰ ਕਰਨ ਦਾ ਜੇ ਮੈਂ ਮੈਨੂੰ ਕੁਝ ਹੋ ਗਿਆ ਤੇ ਫੇਰ ਤੁਸੀਂ ਆਪ ਇਸ ਦਾ ਸ਼ਿਕਾਰ ਕਰਿਓ ਤੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੂੰ ਇਜਾਜ਼ਤ ਦਿੰਦੇ ਆ ਤੇ ਉਹ ਸ਼ੇਰ ਦਾ ਸ਼ਿਕਾਰ ਕਰਦੇ ਆ ਤੇ ਜਦੋਂ ਆਪਣੀ ਕਿਰਪਾਨ ਦੇ ਨਾਲ ਸ਼ੇਰ ਦਾ ਸ਼ਿਕਾਰ ਕਰਨ ਲੱਗ ਜਾਂਦੇ ਆ ਤੇ ਕਿਰਪਾਨ ਹੱਥ ਦੇ ਵਿੱਚੋਂ ਡਿੱਗ ਜਾਂਦੀ ਆ ਹਰੀ ਸਿੰਘ ਨਲੂਆ ਜੀ ਦੀ ਤੇ ਉਦੋਂ ਸਿਰਫ ਉਮਰ ਹੀ ਉਹਨਾਂ ਦੀ 16-17 ਸਾਲ ਤੇ ਸ਼ੇਰ ਨੂੰ ਇੰਨਾ ਕੁ ਆਪਣੇ ਹੱਥਾਂ ਸ਼ੇਰ ਜਦੋਂ ਸ਼ਿਕਾਰ ਕਰਨ ਲੱਗਦੇ ਆ ਤੇ ਤਲਵਾਰ ਅਥਲੜ ਗਈ ਜਾਂਦੀ ਆ ਉਸ ਤੋਂ ਬਾਅਦ ਸ਼ੇਰ ਨੂੰ ਆਪਣੇ ਹੱਥਾਂ ਦੇ ਨਾਲ ਉਸ ਦਾ ਜਵਾੜਾ ਪਾੜ ਦਿੰਦੇ ਆ ਤੇ ਉਹਨੂੰ ਅੱਧ ਮਰਿਆ ਕਰਕੇ ਛੱਡ ਦਿੰਦੇ ਆ ਉਸ ਤੋਂ ਬਾਅਦ ਇਤਿਹਾਸਕਾਰ ਦੱਸਦੇ ਆ ਕਿ ਆਪਣੀ ਸ੍ਰੀ ਸਾਹਿਬ ਦੀ ਕਿਰਪਾਣ ਦੇ ਨਾਲ ਉਸ ਦਾ ਸ਼ਿਕਾਰ ਕਰਦੇ ਆ ਇੰਨੀ ਜਾਣ ਸੀ ਹਰੀ ਸਿੰਘ ਨਲੂਆ ਜੀ ਦੇ ਹੱਥਾਂ ਦੇ ਵਿੱਚ 16-17 ਸਾਲ ਦੀ ਉਮਰ ਦੇ ਵਿੱਚ ਕਿ ਉਹਨਾਂ ਨੇ ਸ਼ੇਰ ਦਾ ਸ਼ਿਕਾਰ ਸ਼ੇਰ ਦਾ ਜਵਾੜਾ ਹੱਥਾਂ ਦੇ ਨਾਲ ਕਰ ਦਿੱਤਾ ਸੀ ਹੱਥਾਂ ਦੇ ਨਾਲ ਜਵਾੜਾ ਪਾੜ ਕੇ ਰੱਖ ਦਿੱਤਾ ਸੀ ਤੇ ਉਹ ਉਸ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਨਲੂਆ ਨਾਮ ਦਿੱਤਾ ਇੱਕ ਉਸ ਟਾਈਮ ਰਾਜਾ ਉਸ ਟਾਈਮ ਨਹੀਂ ਉਸ ਤੋਂ ਪਹਿਲਾਂ ਇੱਕ ਰਾਜਾ ਨਾਲ ਹੁੰਦਾ ਸੀ ਉਹ ਹਮੇਸ਼ਾ ਸ਼ੇਰ ਦਾ ਸ਼ਿਕਾਰ ਕਰਿਆ ਕਰਦਾ ਸਾਨੂੰ ਬਹੁਤ ਬਹਾਦਰ ਸੀ ਰਾਜਾ ਨਾਲ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਸੀ ਅੱਜ ਤੋਂ ਤੂੰ ਹੀ ਸਾਡਾ ਰਾਜਾ ਨਾਲ ਅਸਤੇ ਰਾਜਾ ਨਾਲ ਨਹੀਂ ਦੇਖਿਆ ਪਰ ਤੂੰ ਸਾਡਾ ਨਾਲ ਹੈ ਅੱਜ ਤੋਂ ਤੋ ਉਸ ਦਿਨ ਤੋਂ ਇਹਨਾਂ ਦਾ ਨਾਮ ਨਲੂਆ ਪਿਆ ਸੀ ਤੇ ਉਸ ਦਿਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਹਨਾਂ ਦੀ ਅਗਲੀ ਜ਼ਿੰਦਗੀ ਦਾ ਸਫ਼ਰ ਉਸ ਦਿਨ ਤੋਂ ਸ਼ੁਰੂ ਹੁੰਦਾ ਜਦੋਂ ਇਹਨਾਂ ਨੂੰ 500 ਸੈਨਿਕ ਸ਼ੇਰਦਿਲ ਟੁਕੜੀ ਦਾ ਮੁਖੀਆ ਬਣਾ ਦਿੰਦੇ ਆ ਹਰੀ ਸਿੰਘ ਨਲੂਆ ਜੀ ਨੂੰ ਉਸ ਤੋਂ ਬਾਅਦ ਜੰਗਾਂ ਜੂਦਾਂ ਦਾ ਇਹਨਾਂ ਦਾ ਦੌਰ ਸ਼ੁਰੂ ਹੋ ਜਾਂਦਾ ਉਹ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਟਰਨਿੰਗ ਪੁਆਇੰਟ ਸੀ ਜਦੋਂ ਇਹ ਸ਼ੇਰ ਦਾ ਸ਼ਿਕਾਰ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿਲ ਜਿੱਤ ਲੈਂਦੇ ਆ ਤੇ ਉਸ ਤੋਂ ਬਾਅਦ ਇੱਕ ਮਹਾਂ ਖਾਲਸਾ ਰਾਜ ਦੀਆਂ ਸਰਹੱਦਾਂ ਕਾਬਲ ਕਾਬਲ ਕੰਧਾਰ ਤੱਕ ਪਹੁੰਚਾ ਦਿੰਦੀ ਆ ਤੇ ਉਹ ਹੁਣ ਤੁਸੀਂ ਅੱਗੇ ਇਹ ਦੱਸਿਓ ਕਿ ਆਪਾਂ ਇਸ ਦਾ ਇਤਿਹਾਸ ਕੰਟੀਨਿਊ ਕਰੀਏ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਣੀ ਅੱਜ ਕੱਲ ਸਾਰਿਆਂ ਕੋ ਸਮਾਂ ਓਨਾ ਕ ਤੇ ਜੇ ਵੀਡੀਓ ਵਧੀਆ ਲੱਗੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਹ ਬੋਲ ਜਿਨ੍ਹਾਂ ਦੇ ਨਾਲ ਇੱਕ ਜੰਗ ਦਾ ਮਾਹੌਲ ਬਦਲ ਗਿਆ ਮੁਲਤਾਨ ਦੀ ਜੰਗ ਦਾ ਮਾਹੌਲ ਬਦਲ ਗਿਆ ਐਡਾ ਤਕੜਾ ਜਰਨਲ ਸੀ ਦੱਸਿਓ ਮਹਾਰਾਯਾ ਇਹ ਮਹਾ ਹਰੀ ਸਿੰਘ ਨਲੂਆ ਜੀ ਦਾ ਅੱਗੇ ਇਤਿਹਾਸ ਕੰਟੀਨਿਊ ਕਰੀਏ ਤੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰ ਦਿਓ ਧੰਨਵਾਦ ਜੀ